ਹਾਂ ਜੀ, ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਦੰਗੇ ਮਾਤਰਮ ਸਾਥੀਓ, ਅਤੇ ਜੈ ਆਰਿਆਵਰਤ। ਆਉਣਾ ਨਹੀਂ ਸੀ ਮੈਂ, ਐਕਚੁਲੀ ਮੈਂ ਪਿਛਲੀ ਵੀਡੀਓ ਜਿਹੜੀ ਬਣਾਈ ਮੈਂ ਅਪਲੋਡ ਕੀਤੀ ਯੂਟਿਊਬ 'ਤੇ, ਅਤੇ ਉਹਦੇ 'ਤੇ ਬੜੇ ਜ਼ਿਆਦਾ ਨਾ ਕੁਛ ਸਿਆਣੇ ਮਹਾਂਪੁਰਸ਼ ਆਏ, ਉਹਨਾਂ ਨੇ ਆ ਕੇ ਬੜਾ ਗਿਆਨ ਦੇਣ ਦੀ ਕੋਸ਼ਿਸ਼ ਕੀਤੀ। ਵੈਲਕਮ ਜੀ, ਵੈਲਕਮ ਜੀ ਆਇਆਂ ਨੂੰ। ਅਤੇ ਉਹਨਾਂ ਨੂੰ ਐਂ ਲੱਗਦਾ ਆ, ਇੱਕ ਤਾਂ ਸਾਰਿਆਂ ਤੋਂ ਪਹਿਲਾਂ ਅਟੈਕ ਦੱਸਾਂ ਕੀ ਕਰਨਗੇ, ਉਹ ਸਭ ਤੋਂ ਪਹਿਲਾਂ ਕਹਿਣਗੇ ਤੈਨੂੰ ਕੀ ਪਤਾ ਆ, ਤੂੰ ਆ ਟਰੱਕ ਡਰਾਈਵਰ ਹੈ। ਇਹਨਾਂ ਨੂੰ ਇਹ ਨਹੀਂ ਪਤਾ ਵੀ ਅਮੈਰੀਕਾ ਦੇ ਵਿੱਚ ਟਰੱਕ ਡਰਾਈਵਰ ਹੋਣਾ ਵੀ ਨਾ ਤੁਹਾਡੇ ਡੀਸੀ ਨਾਲੋਂ ਉੱਤੇ ਆ, ਤੁਹਾਡੇ ਜੂਠ ਮੁਲਕ ਨਾਲੋਂ ਨਾ ਇਹ ਡੀਸੀ ਨਾਲੋਂ ਵੀ ਉੱਤਲੀ ਜੋਬ ਆ। ਤੁਹਾਡੇ ਡੀਸੀ ਜਿਹੜੇ ਉੱਥੇ ਜੋਬਾਂ ਛੱਡ ਕੇ ਆਉਂਦੇ ਆ ਨਾ, ਉਹ ਕੈਨੇਡਾ ਅਮੈਰੀਕਾ ਦੇ ਵਿੱਚ ਆ ਕੇ ਟਰੱਕ ਚਲਾਉਂਦੇ ਆ। ਅਤੇ ਉਹ ਗੱਲ ਤਾਂ ਇਹ ਆ ਵੀ ਤੁਹਾਨੂੰ ਤੁਹਾਡੇ ਵੱਜਦੀ ਆ ਦਿਲ 'ਤੇ ਗੱਲ, ਪੀੜ ਹੁੰਦੀ ਆ, ਅਤੇ ਤੁਸੀਂ ਮੁੜ ਕੇ ਤੁਹਾਨੂੰ ਹੋਰ ਕੁਛ ਲੱਭਦਾ ਨਹੀਂ। ਇੱਕ ਹੈਗੇ ਆ ਸੰਧੂ ਸਿੰਘ, ਉਹਨਾਂ ਨੇ ਮੈਨੂੰ ਗੌਰਵ ਆਰੀਆ ਦੀ ਵੀਡੀਓ ਫਾਰਵਰਡ ਕੀਤੀ, ਮੈਨੂੰ ਕਹਿੰਦਾ ਵੀ ਤੇਰੇ ਵਾਸਤੇ ਆ ਐਜੂਕੇਸ਼ਨ ਆ ਵੀ, ਕਿਉਂਕਿ ਉਹ ਪਾਕਿਸਤਾਨ ਦੇ ਖਿਲਾਫ਼ ਬਹੁਤ ਬਕਵਾਸ ਕਰਦਾ ਆ ਨਾ, ਕਸ਼ਮੀਰ ਦੇ ਖਿਲਾਫ਼। ਉਹ ਮੇਜਰ ਰਿਟਾਇਰ ਆ ਆਰਮੀ ਦੇ ਵਿੱਚੋਂ, ਅਤੇ ਉਹ ਬੜੀਆਂ ਆਪਦੀਆਂ ਥਿਊਰੀਆਂ ਦੱਸਦੇ ਆ ਵੀ 100 ਸਾਲ ਬਾਅਦ ਆਹ ਹੋ ਜੂਗਾ, 50 ਸਾਲਾਂ ਬਾਅਦ ਆਹ ਹੋ ਜੂਗਾ। ਇਹ ਸੰਧੂ ਸਾਹਿਬ ਨੂੰ ਹੀ ਮੁਖਾਤਬ ਹੋ ਕੇ ਮੈਂ ਵੀਡੀਓ ਬਣਾਉਣਾ ਵੀ ਇਹ ਤੁਹਾਡੇ ਵਰਗੇ ਜਿਹੜੇ ਚੂਚੇ ਹੁੰਦੇ ਆ ਨਾ, ਉਹਨਾਂ ਲੋਕਾਂ ਵਾਸਤੇ ਇਹਨਾਂ ਲੋਕਾਂ ਦੀਆਂ ਵੀਡੀਓ ਹੁੰਦੀਆਂ ਆ ਜਿਨ੍ਹਾਂ ਨੂੰ ਕੁਛ ਸਿਰੇ ਦਾ ਅਤੇ ਅੰਤ ਦਾ ਪਤਾ ਨਹੀਂ ਹੁੰਦਾ। ਇਸੇ ਹੀ ਬ੍ਰਾਹਮਣ ਨੇ ਤਾਂ ਤੁਹਾਨੂੰ ਉਲਝਾਇਆ ਹੋਇਆ ਆ। ਇਹ ਬ੍ਰਾਹਮਣ ਜਿਹਨੇ ਪਾਕਿਸਤਾਨ ਨੂੰ ਅਜੇ ਤੱਕ ਅਸੈਪਟ ਹੀ ਨਹੀਂ ਕੀਤਾ, ਇਹ ਤਾਂ ਮੰਨਦੇ ਹੀ ਨਹੀਂ ਵੀ ਭਾਈ ਪਾਕਿਸਤਾਨ ਦੁਨੀਆ ਦੇ ਨਕਸ਼ੇ ਦੇ ਉੱਤੇ ਇੱਕ ਮੁਲਕ ਆ, ਅਤੇ ਇਹ ਅਜੇ ਤੱਕ ਇਹ ਅਸੈਪਟ ਹੀ ਨਹੀਂ ਕਰਦੇ। ਤੁਹਾਨੂੰ ਤਾਂ ਇਹ ਗੱਲ ਨਹੀਂ ਹਜ਼ਮ ਹੁੰਦੀ, ਤੁਸੀਂ ਫਾਲੋ ਕਰਦੇ ਹੋ ਉਹਨਾਂ ਨੂੰ, ਬਾਕੀ ਤੁਹਾਡੇ ਕਸੂਰ ਨਹੀਂ, ਤੁਹਾਡੇ ਵੱਸ ਦਾ ਰੋਗ ਨਹੀਂ। ਪ੍ਰਾਪੋਗੰਡਾ ਹੀ ਇਹੋ ਜਿਹਾ ਕੀਤਾ ਗਿਆ ਆ, ਕਿਉਂਕਿ ਮੁਸਲਮਾਨ ਤਾਂ ਤੁਹਾਨੂੰ ਪਾਉਂਦੇ ਹੀ ਨਹੀਂ। ਤੁਹਾਨੂੰ ਤਾਂ ਉਹ ਇਹੋ ਜਿਹਾ ਇੰਜੈਕਸ਼ਨ ਲਾਇਆ ਹੋਇਆ ਆ ਵੀ ਸਵੇਰੇ ਸ਼ਾਮ ਨਫ਼ਰਤ, ਵੀ ਜਿਹੜੇ ਤੁਸੀਂ ਤਾਂ ਇਸਲਾਮ ਨੂੰ ਹੀ ਨਹੀਂ ਅਸੈਪਟ ਕਰਦੇ, ਤੁਹਾਡੀ ਤਾਂ ਸੋਚ ਇਹ ਆ ਤੁਸੀਂ ਫਾਲੋ ਉਹਨਾਂ ਲੋਕਾਂ ਨੂੰ ਕਰਦੇ ਆ। ਫਿਰ ਵੀਡੀਓ ਦੇ ਵਿੱਚ ਕਹਿੰਦੇ ਵੀ ਇਮਰਾਨ ਖਾਨ ਦੀ ਜਿਹੜੀ ਮਦੀਨਾ ਦੀ ਰਿਆਸਤ ਆ ਉਹਦੇ ਵਿੱਚ ਉਹਦੇ ਮਿਨਿਸਟਰ ਅਤੇ ਉਹਦੇ ਐਂ ਕਰਦੇ ਪਏ ਆ। ਮੈਨੂੰ ਪਤਾ ਆ ਇਹ ਦੁਨੀਆ ਦੇ ਉੱਤੇ ਕੁਛ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਜਾਲ ਦੇ ਵਿੱਚ ਫਸਦੇ ਆ ਵੀ ਟਿੱਕਟੋਕ ਵਾਲਿਆਂ ਨੇ ਮਦੀਨਾ ਰਿਆਸਤ ਕਹਿੰਦਾ। ਮੈਂ ਵੀਡੀਓ ਤਾਂ ਨਹੀਂ ਚੱਲੀ, ਮੈਂ ਵੇਖੀ ਨਹੀਂ, ਪਰ ਮੈਨੂੰ ਪਤਾ ਲੱਗ ਗਿਆ ਉਹਦੇ ਘੱਲਣ ਦੇ ਮਤਲਬ ਤੋਂ ਹੀ ਪਤਾ ਲੱਗ ਗਿਆ ਵੀ ਕੀ ਆ, ਕਿਉਂਕਿ ਉਹ ਪਿੱਛੇ ਜਿਹਾ ਉਹ ਕੁੜੀਆਂ ਹੈਗੀਆਂ ਸੀ ਨਾ ਦੋ ਟਿੱਕਟੋਕ ਵਾਲੀਆਂ, ਅਤੇ ਉਹਨਾਂ ਨੇ ਬੜਾ ਉਲਝਾ ਛੱਡਿਆ ਲੀਡਰਾਂ ਨੂੰ, ਪਾਕਿਸਤਾਨ ਦਿਆਂ ਨੂੰ ਵੀਡੀਓ ਵੂਡੀਓ ਬਣਾ ਕੇ ਬਦਨਾਮ ਕੀਤਾ। ਇਹ ਕਮਜ਼ੋਰੀ ਰਹੀ ਆ ਮਰਦ ਦੀ, ਅਤੇ ਇਹ ਕਮਜ਼ੋਰੀ ਇਕੱਲੀ ਪਾਕਿਸਤਾਨ ਵਾਲੇ ਪਾਸੇ ਨਹੀਂ, ਤੁਹਾਡੇ ਨਰਿੰਦਰ ਮੋਦੀ ਜੀ ਆ ਨਾ ਜਿਹੜੇ, ਜਿਨ੍ਹਾਂ ਨੇ ਬੜਾ 56 ਇੰਚ ਦਾ ਸੀਨਾ ਆ, ਉਹ ਕੁੜੀ ਦੀ ਜਸੂਸੀ ਨਹੀਂ ਕਰਾਉਂਦਾ ਰਿਹਾ, ਅਮਿਤ ਸ਼ਾਹ ਜਸੂਸੀ ਨਹੀਂ ਕਰਾਉਂਦਾ ਰਿਹਾ, ਆਪਦੀ ਜਨਾਨੀ ਛੱਡ ਕੇ ਅਤੇ ਦੂਜਿਆਂ ਦੇ ਮਗਰ ਜਸੂਸ ਲਾਉਂਦਾ ਆ। ਅਤੇ ਤੁਹਾਡੇ ਜਿਹੜੇ ਆਰਮੀ ਦੇ ਆਫਿਸਰ ਹੈਗੇ ਆ ਉਹ ਕੀ ਕਰਦੇ, ਉਹ ਜਨਾਨੀਆਂ ਸਵੈਪ ਨਹੀਂ ਕਰਦੇ, ਜਦੋਂ ਪਾਰਟੀਆਂ ਹੁੰਦੇ ਉਹ ਆਪਦੀਆਂ ਜਨਾਨੀਆਂ ਇੱਕ ਦੂਜੇ ਨਾਲ ਨਹੀਂ ਬਦਲਦੇ, ਇਹ ਰਿਐਲਿਟੀ ਆ, ਇਹ ਤਾਂ ਲਿਖਿਆ ਹੋਇਆ ਆ। ਅਤੇ ਤੁਸੀਂ ਆ ਕੇ ਮੈਨੂੰ ਇੱਥੇ ਮੇਰਾ ਮਾਇੰਡ ਸੈੱਟ ਚੇਂਜ ਕਰਨ ਵਾਸਤੇ ਮੈਨੂੰ ਵੀਡੀਓ ਘਲਾ ਰਹੇ ਹਾਂ, ਅਤੇ ਬੜੀ ਭੈੜੀ ਲੈਂਗੁਏਜ ਯੂਜ਼ ਕਰਕੇ ਮੈਨੂੰ ਮਤਲਬ ਕਰ ਰਿਹਾ, ਉਹਨੂੰ ਐਂ ਲੱਗਦਾ ਵੀ ਖਰੇ ਮੈਂ ਬਿਹਾਰ ਦੇ ਵਿੱਚ ਜੰਮਿਆ ਹਾਂ, ਮੈਂ ਵੀ ਪੰਜਾਬੀ ਹਾਂ, ਮੈਂ ਥੱਲਿਓਂ ਲੈ ਕੇ ਤਾਂ ਤੱਕ ਪੋਤੜੇ ਫੋਲ ਦੂੰ, ਅਤੇ ਉਹ ਸਾਰਾ ਕੁਛ ਮੈਨੂੰ ਵੀ ਬੋਲਣਾ ਆਉਂਦਾ ਆ ਜਿਹੜਾ ਕੁਛ ਤੁਸੀਂ ਕਮੈਂਟਾਂ ਦੇ ਵਿੱਚ ਬੋਲਦੇ ਆ। ਕਿਤੇ ਇਹ ਮੇਰੇ ਤੋਂ ਆਸ ਨਾ ਰੱਖਿਓ, ਮੈਂ ਥੋੜ੍ਹੀ ਜਿਹੀ ਸ਼ਰਮ ਮੰਨਦਾ ਹਾਂ ਵੀ ਇੰਨੇ ਲੋਕ ਮੈਨੂੰ ਸੁਣਦੇ ਆ, ਅਤੇ ਵੀ ਮੈਂ ਕੋਈ ਉਹੋ ਜਿਹਾ ਕਮੈਂਟ ਨਾ ਕਰਾਂ, ਪਰ ਤੁਹਾਡੇ ਵਰਗੇ ਬੰਦਿਆਂ ਦਾ ਇਲਾਜ ਇਹੋ ਜਿਹਾ ਹੀ ਆ। ਜੇ ਪਾਕਿਸਤਾਨ ਦੇ ਵਿੱਚ ਕੁਛ ਹੋ ਗਿਆ ਆ ਤਾਂ ਉਹ ਤੁਹਾਨੂੰ ਬੜੀ ਮਤਲਬ ਐਂ ਹੋ ਗਿਆ ਵੀ ਹਾਂ ਉੱਥੇ ਐਂ ਮਦੀਨਾ ਦੀ ਰਿਆਸਤ ਦੇ ਵਿੱਚ ਆਹ ਹੋ ਗਿਆ ਆ। ਇਹ ਗੌਰਵ ਆਰੀਏ ਵਰਗੇ ਨਾ ਇਹੋ ਜਿਹੇ 50 ਫਿਰਦੇ ਆ ਕੁੱਤੇ ਭੌਂਕਦੇ, ਅਤੇ ਇਹ ਤੁਹਾਡੇ ਵਰਗੇ ਸ਼ੋਰਾਂ ਦਾ ਮਾਇੰਡ ਸੈੱਟ ਚੇਂਜ ਕਰ ਸਕਦੇ ਆ। ਸਾਨੂੰ ਪਤਾ ਆ ਵੀ ਰਿਐਲਿਟੀ ਕੀ ਆ, ਇਹ ਜਿਹੜਾ 1500 ਸਾਲ ਜੁੱਤੀਆਂ ਖਾਧੀਆਂ ਆ ਨਾ, ਇਹ ਤੁਹਾਡੀ ਆ ਬ੍ਰਾਹਮਣ ਦੀ ਆਈਡੀਓਲੋਜੀ ਨੇ ਖਵਾਈਆਂ ਆ ਵੀ ਜੇ ਝੰਡਾ ਡਿੱਗ ਪਿਆ ਕਿਲ੍ਹੇ ਦੇ ਉੱਤੋਂ ਤਾਂ ਸਮਝ ਲਓ ਵੀ ਮਾਤਾ ਦੇਵੀ ਕਰੋਪ ਹੋ ਗਈ ਆ, ਅਤੇ ਹੁਣ ਆਪਾਂ ਜੰਗ ਨਹੀਂ ਲੜ ਸਕਦੇ। ਮੁਹੰਮਦ ਬਿਨ ਕਾਸਮ ਨੇ ਤੁਹਾਡੇ 76 ਫੇਰੇ ਸੀ ਨਾ ਝੰਡਾ ਲਾ ਕੇ ਆ ਕੇ ਸਿੰਧ ਤੋਂ, ਤੁਸੀਂ ਹੈਗੇ ਹੋ ਉਹਨਾਂ ਦੇ ਫੋਲੋਅਰ ਰਾਜਾ ਦਾਇਰ ਦੇ, ਅਸੀਂ ਉਹਨਾਂ ਦੇ ਵਿੱਚੋਂ ਨਹੀਂ ਹੈਗੇ, ਅਸੀਂ ਨਹੀਂ ਇਹ ਗੱਲਾਂ 'ਤੇ ਬਿਲੀਵ ਕਰਦੇ ਜਿਹੜੇ ਬਕਵਾਸ ਇਹ ਕਰਦੇ ਆ ਕਸ਼ਮੀਰ ਬਾਰੇ ਵੀ ਹਾਂ ਕਸ਼ਮੀਰ ਦੇ ਵਿੱਚ ਅਸੀਂ ਐਂ ਕਰ ਦਿਆਂਗੇ, ਅਸੀਂ ਸਾਰਾ ਕੁਛ ਬੰਦ ਕਰ ਦਿਆਂਗੇ, ਪਾਕਿਸਤਾਨ ਕੁਛ ਕਰ ਨਹੀਂ ਸਕਦਾ, 50 ਸਾਲਾਂ ਬਾਅਦ ਐਂ ਹੋ ਜੂਗਾ। ਇਹ ਜਿਹੜੀਆਂ ਤੁਹਾਡੇ ਪ੍ਰਾਪੋਗੰਡੇ ਆ ਨਾ,
ਉਹਨਾਂ ਦੇ ਵਿੱਚ ਅਸੀਂ ਨਹੀਂ ਫਸਣ ਵਾਲੇ ਹੈਗੇ ਅਤੇ ਤੁਹਾਡੀ ਬੜੀ ਮਿਹਰਬਾਨੀ ਇਹੋ ਜਿਹੀਆਂ ਵੀਡੀਓ ਤੁਸੀਂ ਕਰਦੇ ਹਾਂ ਅਤੇ ਆਪਦੀ ਆਰਮੀ ਦੀਆਂ ਕਰਤੂਤਾਂ ਅਤੇ ਆਪਦੇ ਪੋਲੀਟੀਸ਼ਨਾਂ ਦੀਆਂ ਵੇਖੋ ਜੇ BJP ਦੀਆਂ ਮੈਂ ਆਪਦੀ ਫੇਸਬੁੱਕ 'ਤੇ ਫੋਟੋਆਂ ਪਾਉਣ ਲੱਗ ਪੈਣਾ ਅਤੇ ਲੱਗ ਪਵਾਂ ਅਤੇ ਤੁਹਾਨੂੰ ਮੂੰਹ ਵਿਖਾਉਣ ਨੂੰ ਥਾਂ ਨਹੀਂ ਲੱਭਣਾ। ਮੇਰੇ ਕੋਲ ਹਜ਼ਾਰਾਂ ਵੀਡੀਓ 'ਤੇ ਫੋਟੋਆਂ ਪਈਆਂ, ਮੈਂ ਸ਼ਰਮਦਾ ਮਾਰਾ ਆਪਦੀ ਫੇਸਬੁੱਕ 'ਤੇ ਸ਼ੇਅਰ ਨਹੀਂ ਕਰਦਾ ਵੀ ਕਈ ਮੇਰੇ ਨਾਲ ਰਿਸ਼ਤੇਦਾਰ ਆ, ਕਈ ਕੁੜੀਆਂ ਆ, ਵੀ ਉਹ ਕੀ ਕਹਿਣਗੇ ਵੀ ਇਹ ਕਿਹੜੇ ਕੰਮ ਵਾਲੇ ਪਾਸੇ ਤੁਰ ਪਿਆ ਆ। ਇਹ ਜਿਹੜੀ ਤੁਹਾਡੀ ਰਿਆਸਤ ਆ ਨਾ ਬੜੀ ਵਧੀਆ, ਇਹ ਵੀ ਸਾਰਿਆਂ ਨੂੰ ਪਤਾ ਆ ਵੀ ਇਹ ਰਿਆਸਤ ਦੇ ਵਿੱਚ ਕੀ ਹੁੰਦਾ ਆ। ਤੁਹਾਡੇ ਜਿਹੜਾ ਮੇਨ ਸਟੇਟ ਦਾ ਚੀਫ ਆ ਨਾ ਹੁਣ, ਉਹਦੀਆਂ ਕਰਤੂਤਾਂ ਬਾਰੇ ਵੀ ਪਤਾ ਆ, ਅਮਿਤ ਸ਼ਾਹ ਅਤੇ ਮੋਦੀ ਅਤੇ ਤੁਹਾਡੇ ਆਰਮੀ ਚੀਫ ਅਤੇ ਹੋਰ ਜਨਰਲ ਇਹ ਕੀ ਕੁਛ ਕਰਦੇ ਆ, ਸਭ ਕੁਛ ਲਿਖਿਆ ਪਿਆ ਹੋਇਆ ਆ। ਤੁਹਾਨੂੰ ਤਾਂ ਸ਼ਰਮ ਨਾਲ ਮਰ ਜਾਣਾ ਚਾਹੀਦਾ, ਕਮ ਸੇ ਕਮ ਪਾਕਿਸਤਾਨ ਵਾਲੇ ਪਾਸੇ ਇੱਕ ਦੂਜੇ ਨਾਲ ਜਨਾਨੀਆਂ ਤਾਂ ਨਹੀਂ ਨਾ ਬਦਲਦੇ ਪਏ। ਤੁਹਾਡੇ ਤਾਂ ਜਿਹੜੇ ਜਨਰਲ ਆ ਅਤੇ ਮੇਜਰ ਆ ਉਹ ਇੱਕ ਦੂਜੇ ਨੂੰ ਆਪਦੀਆਂ ਜਨਾਨੀਆਂ ਦਿੰਦੇ ਪਏ ਤਰੱਕੀਆਂ ਲੈਣ ਵਾਸਤੇ, ਅਤੇ ਮਰ ਜਾਓ ਕੁਛ ਖਾ ਕੇ ਇਦੋਂ ਤਾਂ ਦੇਰ ਫਿੱਟੇ ਮੂੰਹ ਤੁਹਾਡੀ ਆਰਮੀ ਦਾ। ਉਹਨੇ ਲੜਨਾ ਕੀ ਆ ਜਿਹੜਾ ਆਪਦੀ ਜਨਾਨੀ ਦੂਜੇ ਅੱਗੇ ਦਿੰਦਾ ਪਿਆ ਆ। ਨਾਲੇ ਇਹ ਹਿਸਟਰੀ ਰਹੀ ਆ ਪਾਣੀਪਤ ਦੀ ਲੜਾਈ ਦੇ ਵਿੱਚ, ਜਨਾਨੀਆਂ ਛੱਡ ਕੇ ਭੱਜੇ ਨਹੀਂ ਜਿਨ੍ਹਾਂ ਦਾ ਬੜਾ ਤੁਸੀਂ ਗੁਣਗਾਣ ਕਰਦੇ ਆ ਮਰਾਠਿਆਂ ਦਾ। ਬਸ਼ਰਮ ਲੋਕ ਆ ਕੇ ਗੱਲਾਂ ਕਰਦੇ ਆ। ਅਜੇ ਤਾਂ ਮੈਂ ਇਸ ਪਾਸੇ ਨੂੰ ਪਿਆ ਨਹੀਂ, ਜੇ ਮੈਂ ਇਸ ਪਾਸੇ ਨੂੰ ਪੈ ਗਿਆ ਨਾ ਤੇ ਮੈਂ ਸਾਰੇ ਪੋਤੜੇ ਫੋਲ ਦੂੰਗਾ। ਮੁੜ ਕੇ ਤੁਸੀਂ ਜਨਾਨੀਆਂ ਜਿਹੜੀਆਂ ਛਡਾ ਕੇ ਤੁਹਾਨੂੰ ਲਿਆ ਕੇ ਦਿੱਤੀਆਂ ਸੀ ਤੇ ਤੁਸੀਂ ਉਹ ਮੁੜ ਕੇ ਕਹਿੰਦੇ ਸੀ ਵੀ ਨਹੀਂ ਹੁਣ ਇਹ ਤਾਂ ਮਤਲਬ ਅਪਵਿੱਤਰ ਹੋ ਗਈਆਂ ਕਿਤੋਂ ਆਸਿਓ ਪਾਸਿਓ, ਤੇ ਉਹ ਫਿਰ ਕਿਵੇਂ ਤੁਹਾਡੇ ਵਸਾਈਆਂ ਸੀ, ਡਾਂਗ ਨਾਲ ਵਸਾਈਆਂ ਸੀ ਨਾ। ਬਸ਼ਰਮ ਕੌਮ ਪਤਾ ਨਹੀਂ ਇਹ ਸਮਝਦੇ ਕੀ ਆਪਦੇ ਆਪ ਨੂੰ, ਇਹਨਾਂ ਨੂੰ ਐਂ ਲੱਗਦਾ ਵੀ ਉਹ ਦੂਜੇ ਸਾਰੇ ਝੁੱਡੂ ਫਿਰਦੇ ਆ, ਇਹਨਾਂ ਨੂੰ ਐਂ ਲੱਗਦਾ ਵੀ ਜੇ ਕੋਈ ਬੰਦਾ ਟਰੱਕ ਚਲਾਉਂਦਾ ਖਰੇ ਉਹ ਦਿਮਾਗ ਵੇਚ ਕੇ ਟਰੱਕ ਲਿਆ ਆ ਉਹਨੇ। ਬੰਦੇ ਦੇ ਪੁੱਤ ਬਣ ਜਾਓ ਜੇ ਇਹੋ ਜਿਹੀਆਂ ਗੱਲਾਂ ਕਰੋਗੇ ਨਾ, ਤੇ ਮੈਂ ਹੁਣ ਅੱਗੇ ਇਹ ਹੀ ਟੋਪਿਕ ਫੜ ਲੈਣਾ ਆ ਤੁਹਾਡੇ ਜਰਨਲਾਂ ਕਰਨਲਾਂ ਨੂੰ ਨੰਗੇ ਕਰਨ ਦੇ। ਆ ਜਿਹੜਾ ਤੁਹਾਡਾ BD ਸਸਤੀ, GD ਬਖਸ਼ੀ ਜਿਹੜਾ ਮੁੱਛਾਂ ਨੂੰ ਵੱਟ ਦੇ ਕੇ ਤੇ ਬੜੇ ਆ ਕੇ ਰੌਲਾ ਪਾਉਂਦੇ ਆ, ਸਭ ਸਾਰਿਆਂ ਦੀਆਂ ਕਰਤੂਤਾਂ ਦਾ ਮੈਨੂੰ ਪਤਾ ਆ। ਮੈਂ ਇਹ ਕੰਮ ਕਰਨ ਲੱਗਾ ਸੀ ਪਰ ਮੈਨੂੰ ਕਿਸੇ ਨੇ ਰੋਕ ਦਿੱਤਾ ਵੀ ਇਹ ਕੰਮ ਨਾ ਕਰੀ, ਤੇ ਜੇ ਇਹ ਹਿਸਾਬ ਕਿਤਾਬ ਰਿਹਾ ਤੇ ਮੈਂ ਸਾਰਿਆਂ ਨੂੰ ਨੰਗੇ ਕਰ ਦੇਣਾ ਆ। ਆ ਵੀਡੀਓ ਵੀ ਮੈਂ ਆ ਦੂਜਾ ਮੇਰੇ ਕੋਲ ਬਥੇਰੀਆਂ ਹੈਗੀਆਂ ਆ, ਵੀਡੀਓ ਵੀ ਹੈਗੀਆਂ ਆ ਤੇ ਫੋਟੋਆਂ ਵੀ ਹੈਗੀਆਂ ਆ। ਤੁਹਾਡੇ ਜਿਹੜੇ ਬੜੇ ਵੱਡੇ ਦੇਸ਼ ਭਗਤ ਆ, ਜਿਹੜੇ ਅਖੰਡ ਭਾਰਤ ਦੇ ਸੁਪਨੇ ਸਜਾਉਣ ਵਾਲੇ ਆ ਨਾ, ਉਹ ਸਾਰੇ ਇਸ ਹਮਾਮ ਦੇ ਵਿੱਚ ਨੰਗੇ ਆ। ਛੱਜ ਦਾ ਬੋਲੇ ਤੇ ਛਾਨਣੀ ਕਿਉਂ ਬੋਲੇ, ਪੱਲੇ ਤੁਹਾਡੇ ਕਿਸੇ ਦੇ ਕੱਖ ਨਹੀਂ ਹੈਗਾ। ਇਹ ਜਿਹੜੇ ਤੁਹਾਡੇ ਗੌਰਵ ਆਰੀਆ ਵਰਗੇ ਆ ਨਾ, ਇਹ ਨਵੇਂ ਸ਼ੋਹਰਾਂ ਨੂੰ ਉਹਨਾਂ ਨੂੰ ਇਹ ਆ ਕੇ ਉਹਨਾਂ ਦਾ ਕਰ ਸਕਦੇ ਆ ਬ੍ਰੇਨ ਵਾਸ਼, ਜਿਨ੍ਹਾਂ ਨੂੰ ਕੁਛ ਪਤਾ ਨਹੀਂ ਗਾ, ਜਿਨ੍ਹਾਂ ਨੇ ਜ਼ਿੰਦਗੀ ਟਿੱਕਟੋਕ ਤੋਂ ਸ਼ੁਰੂ ਕੀਤੀ ਆ। ਅਸੀਂ ਸਾਰਾ ਕੁਛ ਵੇਖਿਆ ਆ ਅਤੇ ਸਭ ਕੁਛ ਪੜ੍ਹਿਆ ਆ। ਇਹ ਤਾਂ ਕਈ ਵਾਰੀ ਸ਼ਰਮ ਮੰਨ ਜੀ ਦੀ ਆ ਵੀ ਯਾਰ ਇਹ ਗੱਲ ਕਿਉਂ ਕਰਨੀ ਆ, ਇਹ ਗੱਲ ਕਰਾਂਗੇ ਤੇ ਵੀ ਰਿਸ਼ਤੇਦਾਰ ਵੀ ਨਾਲ ਐਡ ਆ, ਹੋਰ ਸਾਰੇ ਸ਼ਰੀਕੇ ਕਬੀਲੇ 'ਚੋਂ ਵੀ ਕੀ ਆਖਣਗੇ ਵੀ ਇਹ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਿਆ। ਪਰ ਮੈਂ ਹਿਸਾਬ ਲਾਇਆ ਆ ਵੀ ਤੁਸੀਂ ਹੁਣ ਬਿਲਕੁਲ ਉਸ ਪਾਸੇ ਆ ਗਏ ਆ ਅਤੇ ਤੁਹਾਡਾ ਹੱਲ ਇਹ ਹੀ ਆ। ਤੁਸੀਂ ਜਿਹੜੇ ਵੱਡੇ ਇੱਜ਼ਤਦਾਰ, ਤੁਹਾਡੇ ਗੌਰਵ ਆਰੀਆ ਵਰਗੇ, ਸਾਰਿਆਂ ਨੂੰ ਪਤਾ ਆ ਵੀ ਇਹ ਕਸ਼ਮੀਰ ਦੇ ਵਿੱਚ ਕੀ ਕਰਦੇ ਰਹੇ ਆ। ਲੱਤਾਂ ਚੌੜੀਆਂ ਕਰਕੇ ਅਤੇ ਵੀਡੀਓ ਬਣਾਉਣੀ ਸੌਖੀ ਆ, ਇਹਨਾਂ ਦਾ ਟਰੈਕ ਰਿਕਾਰਡ ਸਾਰਾ ਕੁਛ ਪਤਾ ਆ। ਉਹ ਤੁਹਾਡਾ ਜਿਹੜਾ ਫੁੱਫੜ ਫੜਿਆ ਗਿਆ ਆ ਦਵਿੰਦਰ ਸਿੰਘ, ਉਹਦੇ ਬਾਰੇ ਦੱਸੋ। ਹਾਂ ਜੂਠੋ ਜਾਣਦੀ, ਉਹ 40 ਫੌਜੀ ਆਪ ਮਾਰ ਕੇ ਪਾਕਿਸਤਾਨ 'ਚ ਇੱਕ ਕਾਂ ਮਾਰ ਆਏ, ਆ ਕੇ ਰੌਲਾ ਪਾਇਆ ਅਤੇ ਇਲੈਕਸ਼ਨ ਜਿੱਤ ਲਿਆ। ਚਵਲ ਉਹ ਜਿਹੜੇ ਤੁਹਾਡੇ ਆਖੇ ਲੱਗ ਕੇ ਜਿਨ੍ਹਾਂ ਨੇ ਵੋਟਾਂ ਪਾਈਆਂ, ਜੂਠਾਂ ਤੁਸੀਂ ਜਿਹੜੇ ਹਿੰਦੁਸਤਾਨ ਕੀ ਜੈ ਕਰਦੇ ਆ। ਹਜ਼ਾਰਾਂ ਬੇਗੁਨਾਹ ਲੋਕਾਂ ਦੇ ਖੂਨ ਨਾਲ ਤੁਹਾਡੇ ਹੱਥ ਰੰਗੇ ਹੋਏ ਆ। ਗੱਲਾਂ ਮਾਰਦੇ ਆ ਤੁਸੀਂ ਵੱਡੀਆਂ ਵੱਡੀਆਂ, ਆ ਕੇ ਮਤਾਂ ਦਿੰਦੇ ਆ, ਇਹ ਕੋਈ ਗੱਲ ਨਹੀਂ। ਤੁਹਾਡਾ ਹੱਲ ਮੈਂ ਕਰੂੰਗਾ ਹੁਣ ਛੇਤੀ ਕਰੂੰਗਾ। ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਆ ਨਾ ਤੁਸੀਂ, ਮੈਂ ਤੁਹਾਨੂੰ ਦੱਸੂੰਗਾ ਇਹ ਗੌਰਵ ਆਰੀਆ ਕੀ, ਇਹਦੀ ਹਿਸਟਰੀ ਕੀ ਆ, ਇਹਨਾਂ ਨੇ ਕੀ ਕੁਛ ਨਹੀਂ ਕੀਤਾ ਉੱਥੇ ਕਸ਼ਮੀਰ ਦੇ ਵਿੱਚ। ਤੁਹਾਨੂੰ ਕੋਈ ਹੋਰ ਦਿਸਦਾ ਨਹੀਂ, ਕੋਈ ਵੀ ਚੀਜ਼ ਉੱਧਰੋਂ ਪਾਕਿਸਤਾਨ ਵਾਲੇ ਪਾਸਿਓਂ ਦਿਸ ਪਵੇ ਬਸ, ਹਾਂ ਚੜ੍ਹ ਜਾਓ ਰਾਸ਼ਨ ਪਾਣੀ ਲੈ ਕੇ ਵੀ ਉੱਧਰ ਐਂ ਹੁੰਦਾ ਪਿਆ ਆ, ਉੱਧਰ ਐਂ ਹੁੰਦਾ ਪਿਆ ਆ, ਤੁਹਾਡੇ ਵੀ ਸਾਰੇ ਪਾਸੇ ਇਹ ਕੁਛ ਹੀ ਹੁੰਦਾ ਪਿਆ ਆ। ਕਿੰਨੇ ਕਿੰਨੇ ਵੱਡੇ ਪੋਲੀਟੀਸ਼ੀਅਨ
ਕੀ ਆ ਪਾਕਿਸਤਾਨ ਦੇ ਵਿੱਚ ਕੋਈ ਇਹੋ ਜਿਹੀ ਖਬਰ ਸੁਣੀ ਆ ਵੀ ਉਹ ਪੋਲੀਟੀਸ਼ਨ ਨੇ ਕੁੜੀ ਨੂੰ ਪਹਿਲਾਂ ਰੇਪ ਕੀਤਾ ਤੇ ਬਾਅਦ ਦੇ ਵਿੱਚ ਉਹਦਾ ਮਰਡਰ ਕਰ ਦਿੱਤਾ? ਤੁਹਾਡੇ ਬੀਜੇਪੀ ਦੇ ਜਿਹੜੇ ਐ ਸਟਾਰ ਪ੍ਰਚਾਰਕ ਆ ਉਹ, ਤੁਹਾਡੇ ਜਿਹੜੇ ਯੋਗੀ ਆ ਉਹ, ਜਿਨ੍ਹਾਂ ਨੇ ਲੰਗੋਟਾ ਬੰਨਿਆ ਹੋਇਆ ਵੀ ਅਸੀਂ ਨਾਲਾ ਖੋਲਣਾ ਨੀ, ਉਹਨਾਂ ਦੀਆਂ ਕਰਤੂਤਾਂ ਕੀ ਆ? ਦੁਨੀਆਂ ਨੂੰ ਸਾਰਾ ਕੁਛ ਪਤਾ ਆ, ਦੁਨੀਆਂ ਵੇਂਹਦੀ ਆ, ਪਰ ਇਹ ਆ ਵੀ ਤੁਸੀਂ ਬਸ਼ਰਮੇ ਆ ਇੱਕ ਨੰਬਰ ਦੇ, ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਤੁਹਾਨੂੰ ਲੋਕਾਂ ਨੂੰ ਗੱਲਾਂ ਕਰਨੀਆਂ ਆਉਂਦੀਆਂ ਆ, ਆਪਦੀ ਪੀੜ੍ਹੀ ਥੱਲੇ ਸੋਟਾ ਨਹੀਂ ਫੇਰਿਆ ਜਾਂਦਾ। ਆ ਕੀ ਕੁਛ ਕੀਤਾ ਆ ਉਹਨੇ, ਕੁਲਦੀਪ ਸਿੰਘਰ ਨੇ, ਹੋਰ ਕਿੰਨੇ ਬੀਜੇਪੀ ਦੇ ਲੀਡਰ ਆ ਜਿਹੜੇ ਰੋਜ਼ ਰਾਤ ਨੂੰ ਇਹ ਸੁਪਨਾ ਲੈਂਦੇ ਆ ਵੀ ਹਾਂ ਅਸੀਂ ਹਿੰਦੂ ਕੁਸ਼ ਦੀਆਂ ਪਹਾੜੀਆਂ ਤੱਕ ਝੰਡਾ ਚੜਾ ਦੇਣਾ ਆ ਤੇ ਹਿੰਦੁਸਤਾਨ ਅਸੀਂ ਸਿੰਧ ਤੱਕ ਕਬਜ਼ਾ ਕਰ ਲੈਣਾ ਆ। ਇਹ ਸੋਚ ਵਾਲੇ ਜਿਹੜਾ ਇਹ ਸਾਰਾ ਕੁਛ ਕਰਦੇ ਆ, ਉਦੋਂ ਤੁਹਾਡਾ ਕਿੱਥੇ ਜਾਂਦਾ ਆ ਤੁਹਾਡਾ ਅਖਲਾਕ? ਉਦੋਂ ਤਾਂ ਤੁਸੀਂ ਕੁਛ ਕਹਿੰਦੇ ਨਹੀਂ, ਤੁਹਾਡੇ ਬੜੇ ਵਧੀਆ ਹਿੰਦੂ ਰਾਸ਼ਟਰ ਦੇ ਵਿੱਚ ਬਾਬੇ ਆ ਜਿਹੜੇ ਉਹਨਾਂ ਨੇ ਭੋਰੇ ਬਣਾਏ ਹੋਏ ਆ ਤੇ ਉਹ ਕੀ ਕੁਛ ਕਰਦੇ ਪਏ ਆ, ਇਹ ਕੁਛ ਨਹੀਂ ਦਿਸਦਾ? ਇੱਕ ਉਹ ਤੁਹਾਨੂੰ ਦੋ ਕੁੜੀਆਂ ਦੀ ਵੀਡੀਓ ਹਾਂ ਦਿਸ ਪਈ ਵੀ ਉਹਦੇ ਵਿੱਚ ਐਨ ਲੱਗ ਗਿਆ, ਠੀਕ ਆ। ਇਮਰਾਨ ਖਾਨ ਕਿਵੇਂ ਬਣਾ ਸਕਦਾ ਆ ਰਿਆਸਤ ਮਦੀਨਾ? ਇਮਰਾਨ ਖਾਨ ਕੋਈ ਪੈਗੰਬਰ ਆ? ਉਹ ਵੀ ਸਾਡੇ ਵਰਗਾ ਮੁਲਕ ਆ, ਜੋ ਕੁਛ ਉੱਧਰ ਹੁੰਦਾ ਪਿਆ ਉਹ ਸਾਡੇ ਨਾਲੋਂ ਸਾਡੇ ਇੱਧਰ 10 ਗੁਣਾ ਵੱਧ ਹੁੰਦਾ ਪਿਆ ਆ। ਕਮ ਸੇ ਕਮ ਰੇਪ ਕੈਪੀਟਲ ਹੈ ਨਹੀਂ ਗਾ ਪਾਕਿਸਤਾਨ ਦੇ ਵਿੱਚ, ਬਸ ਇਹ ਆ ਸਾਡਾ ਉਹਨਾਂ ਨਾਲੋਂ ਫਰਕ, ਇਹ ਆ ਵੀ ਰੇਪ ਕੈਪੀਟਲ ਹੈ ਨਹੀਂ ਗਾ ਤੇ ਸਾਰੀ ਦੁਨੀਆਂ ਦੇ ਵਿੱਚ ਤੁਸੀਂ ਮਸ਼ਹੂਰ ਆ। ਜਦੋਂ ਕੋਈ ਕ੍ਰਿਕਟ ਦੇ ਟੂਰਨਾਮੈਂਟ ਸ਼ੁਰੂ ਹੋ ਜਾਂਦੇ ਆ ਤੁਹਾਡੇ ਵਾਲੇ ਪਾਸੇ ਰੇਪ ਘੱਟ ਜਾਂਦੇ ਆ, ਕਿਉਂਕਿ ਰੇਪਿਸਟ ਸਾਰੇ ਮੈਚ ਵੇਖਣ ਲੱਗ ਪੈਂਦੇ ਆ। ਜੇ ਤੁਸੀਂ ਮੈਨੂੰ ਛੇੜੋਗੇ ਨਾ ਤਾਂ ਮੈਂ ਫਿਰ ਚੰਗਿਆੜੇ ਕੱਢੂੰਗਾ, ਤੇ ਸੋਚ ਸਮਝ ਕੇ ਕਮੈਂਟ ਕਰਿਆ ਕਰੋ। ਕਮ ਸੇ ਕਮ ਬੰਦੇ ਨੇ ਜੇ ਕੋਈ ਗੱਲਬਾਤ ਕਰਨੀ ਤੇ ਕੋਈ ਬੰਦਿਆਂ ਵਾਲੀ ਜ਼ਬਾਨ ਹੋਣੀ ਚਾਹੀਦੀ ਆ। ਤੁਹਾਨੂੰ ਐਂ ਲੱਗਦਾ ਆ ਵੀ ਪਤਾ ਹੀ ਨਹੀਂ, ਖਰੇ ਅਸੀਂ ਡੰਗਰ ਚਾਰਦੇ ਆ ਗਏ ਆ ਵੀ ਕਿਸੇ ਚੀਜ਼ ਦਾ ਪਤਾ ਹੀ ਨਹੀਂ ਹੈਗਾ। ਇਹ ਗੌਰਵ ਆਰੀਏ ਵਰਗੇ ਹੋਰਾਂ ਦਾ ਇਹ ਮਾਇੰਡ ਚੇਂਜ ਕਰ ਸਕਦੇ ਆ, ਜਿਨ੍ਹਾਂ ਨੂੰ ਕੁਛ ਜ਼ਿਆਦਾ ਪਿੱਛੇ ਲਿਆ ਹੋਇਆ ਆ ਨਾ ਫਾਨਾ ਵੀ ਹਿੰਦੂ ਰਾਸ਼ਟਰ ਵਾਲਾ, ਸਾਡੇ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ, ਅਸੀਂ ਬੰਦਿਆਂ ਤਾਂ ਵਸਣਾ ਚਾਹੁੰਦੇ ਹਾਂ, ਮੁਲਕ ਬਣੇ ਆ, ਦੋ ਬਾਰਡਰ ਆ, ਅਸੀਂ ਉਹਨਾਂ ਨੂੰ ਵੀ ਉਵੇਂ ਹੀ ਵਸਣ ਦੇਣਾ ਚਾਹੁੰਦੇ ਹਾਂ ਜਿਵੇਂ ਅਸੀਂ ਆਪ ਵਸਣਾ ਚਾਹੁੰਦੇ। ਸਾਡੇ ਮਨ ਦੇ ਵਿੱਚ ਇਹੋ ਜਿਹੀਆਂ ਕੋਈ ਖੁਆਇਸ਼ਾਂ ਨਹੀਂ ਹੈਗੀਆਂ ਵੀ ਅਸੀਂ ਲਾਹੌਰ 'ਤੇ ਝੰਡਾ ਚੜਾਉਣਾ ਆ। ਇਹ ਤੁਸੀਂ ਲਈ ਜਾਓ ਸੁਪਨੇ, ਇੱਕ ਦੋ ਵਾਰੀ ਟਰਾਈ ਕਰਕੇ ਵੀ ਤੁਸੀਂ ਵੇਖ ਲਿਆ ਆ, ਤੁਹਾਨੂੰ ਪਤਾ ਲੱਗ ਗਿਆ ਆ ਵੀ ਕਿਹੜੇ ਭਾਰ ਤੁਲਦੀ ਆ। ਬਸ਼ਰਮ ਹੈਗੇ ਆ ਤੁਸੀਂ ਆਪਦਾ, ਤੁਹਾਨੂੰ ਪਤਾ ਨਹੀਂ ਗਾ ਕੀ ਸਿਸਟਮ ਆ, ਤੁਹਾਡੇ ਆਰਮੀ ਆਫਿਸਰ ਕੀ ਕਰਦੇ ਆ, ਤੁਹਾਡੇ ਲੀਡਰ ਕੀ ਕਰਦੇ ਆ, ਇੱਕ ਗੱਲ ਫੜ ਕੇ ਆ ਕੇ ਤੇ ਤੁਸੀਂ ਬਕਵਾਸ ਕਰਨ ਲੱਗ ਪੈਂਦੇ ਆ। ਚਲੋ ਠੀਕ ਆ, ਆਲ ਰਾਈਟ ਆ, ਗਾਂਹ ਤੋਂ ਵੀ ਤੂੰ ਸੋਹਣਿਆ ਕਰੀ ਮੇਰੇ ਕਮੈਂਟ ਤੇ ਮੇਰੇ ਨਾਲ ਕਰੀ ਤੂੰ ਵਾਰਤਾਲਾਪ, ਕਰੀ ਸ਼ੇਅਰ ਵੀ ਕੀ ਹਿਸਾਬ ਕਿਤਾਬ, ਮੈਂ ਤੈਨੂੰ ਦੱਸੂਗਾ ਤੇਰਾ ਹਿੰਦੂ ਰਾਸ਼ਟਰ ਤੇ ਤੇਰੀ ਭਾਰਤ ਮਾਤਾ ਮੈਂ ਥੱਲਿਓਂ ਲੈ ਕੇ ਤਾਂ ਤੱਕ ਨੰਗੀ ਨਾ ਕਰ ਦਿੱਤੀ ਤੇ ਮੈਨੂੰ ਜੱਟ ਦਾ ਪੁੱਤ ਨਾ ਆਖੀ। ਮੈਂ ਜਾਣਦਾ ਤੁਹਾਡੀਆਂ ਸਾਰੀਆਂ ਕਰਤੂਤਾਂ, ਜਾਣਦਾ ਆ ਮੈਂ ਕਿ ਕਿੰਨਾ ਕੁ ਤੁਹਾਡੇ ਕੁਛ ਪੱਲੇ ਹੈਗਾ ਆ, ਗੱਲਾਂ ਮਾਰਦੇ ਆ ਤੁਸੀਂ, ਜਿਨ੍ਹਾਂ ਦੀਆਂ ਤੁਸੀਂ ਸਿੱਖਿਆਵਾਂ ਤੇ ਚੱਲਦੇ ਆ ਉਹ ਭਰੇ ਦਰਬਾਰ ਦੇ ਵਿੱਚ ਜਨਾਨੀਆਂ ਦੀਆਂ ਸਾੜੀਆਂ ਖਿੱਚ ਕੇ ਤੇ ਉਹਨਾਂ ਨੂੰ ਨੰਗੀਆਂ ਕਰਦੇ ਰਹੇ, ਦੂਜੇ ਦੀ ਸੁੱਤੀ ਪਈ ਜਨਾਨੀ ਨਾਲ ਜਾ ਕੇ ਸੌਂਦੇ ਰਹੇ, ਗੱਲਾਂ ਸਿਖਾਉਣੇ ਤੁਸੀਂ ਅਖਲਾਕ ਦੀਆਂ, ਸ਼ਰਮ ਆਉਣੀ ਚਾਹੀਦੀ ਆਪਦੇ ਨਾਂ ਨਾਲ ਉਹ ਸੰਧੂ ਲਾ ਕੇ ਕਮੈਂਟ ਕਰਦਾ ਨਾ ਤੇ ਮੈਨੂੰ ਇੰਨਾ ਗੁੱਸਾ ਨਹੀਂ ਚੜਨਾ। ਲਾਣਤ ਤੁਹਾਡੇ ਇਹੋ ਜਿਹੇ ਇੰਡੀਆ ਤੇ ਜਿੱਥੇ ਕੋਈ ਧੀ ਭੈਣ ਦੀ ਇੱਜ਼ਤ ਨਹੀਂ ਹੈਗੀ, ਲੋਕੀ ਇਹ ਸੋਚਦੇ ਆ ਵੀ ਪਤਾ ਨਹੀਂ ਕੁੜੀ ਬਾਹਰ ਗਈ ਆ ਮੁੜੂਗੀ ਕਿ ਨਹੀਂ, ਬਸ਼ਰਮ ਕਹੇ।